अज मोहाली पुलिस नूं एक वड्डी सफलता मिली जिहदे तहत असीं एक गैंग जिहड़ा हैगा उह बस्ट कीता। इस गैंग दे 10 मैंबर गिरफ्तार कर ले गए हन। इह गैंग करीब 10 सालां तों एक्टिव सीगा इत्थे। इह लोकां नाल ठगियां मारदा सीगा लोन दे नाम ते। इह लोकां नूं झांसा दिंदे सीगे कि असीं लोन तुहाडा करा के देवांगे बड़ी अच्छे रेटां ते, कोई सिविल तों बिना, कोई चैकिंग तों बिना लोन करा के देवांगे। फिर उहदी प्रोसैसिंग फीस दे बहाने ते जिहड़ा उहनां दा प्रोसैसिंग फीस ते फाइल चार्जेस दे बहाने उहनां तों अमाउंट्स कुछ कितें 2 लाख किसे तों 5 लाख इह ठगी मार लैंदे सीगे। लोन वगैरह तां किहड़ा होणा सी फिर उहदों बाद ते उह प्रोसैसिंग चार्जेस फिर इह लै लैंदे सीगे। ते करीब 10 साल तों एक्टिव सीगे। इहनां ने इक छोटा जिहा काइंड ऑफ कॉल सेंटर जीरकपुर दे विच खोलिया होया सीगा। ਇਹ ਲੋਕਾਂ ਨੂੰ ਕਾਲ ਕਰਦੇ ਸੀ, ਮੋਸਟਲੀ ਪੰਜਾਬ ਤੋਂ ਬਾਹਰ ਓਪਰੇਟ ਕਰਦੇ ਸੀ। ਇਹ ਆਲ ਓਵਰ ਇੰਡੀਆ ਇਹ ਓਪਰੇਟ ਕਰਦੇ ਸੀ। ਆਲਮੋਸਟ ਸਾਰੇ ਸਟੇਟਸ ਦੇ ਜਿਹੜੇ ਬੰਦੇ ਹੈਗੇ ਆ, ਹਰ ਇੱਕ ਸਟੇਟ ਦੇ ਬੰਦੇ ਨਾਲ ਕਿਸੇ ਨਾ ਕਿਸੇ ਨਾਲ ਠੱਗੀ ਇਹਨਾਂ ਨੇ ਮਾਰੀ ਹੋਈ ਹੈ, ਕਿਉਂਕਿ 10 ਸਾਲ ਤੋਂ ਐਕਟਿਵ ਸੀਗੀ। ਪਤਾ ਨਹੀਂ ਕਰੋੜਾਂ ਰੁਪਇਆਂ ਦੀ ਠੱਗੀ ਇਹਨਾਂ ਨੇ ਮਾਰੀਆਂ ਹੋਈਆਂ। ਅਤੇ ਇਸ ਬੰਦੇ ਨੂੰ ਔਨਲਾਈਨ ਜਿਹੜਾ ਸੀਗਾ, ਜਿਹੜਾ ਸੋਸ਼ਲ ਮੀਡੀਆ ਦੇ ਥਰੂ ਇਹ ਇੰਟਾਈਸ ਕਰਦੇ ਸੀਗੇ। ਇਹਨਾਂ ਨੇ 18 ਫੇਕ ਕੰਪਨੀਆਂ ਬਣਾਈਆਂ ਹੋਈਆਂ ਸੀਗੀਆਂ, ਜਿਨ੍ਹਾਂ 'ਚੋਂ 13 ਅੱਜ ਦੀ ਰੇਟ 'ਚ ਵੀ ਐਕਟਿਵ ਹੈਗੀਆਂ, 5 ਇਹਨਾਂ ਨੇ ਅੱਗੇ ਬਾਅਦ ਜਾ ਕੇ ਬੰਦ ਕਰਤੀਆਂ। 18 ਫੇਕ ਕੰਪਨੀਆਂ ਬਣਾਈਆਂ ਹੋਈਆਂ ਸੀਗੀਆਂ ਜਿਹਦੇ ਤਹਿਤ ਇਹ ਅਲੱਗ ਅਲੱਗ ਵਰਟੀਕਲਸ ਦੇ ਤਹਿਤ ਇਹ ਸੋਸ਼ਲ ਮੀਡੀਆ ਰਾਹੀਂ ਬੰਦਿਆਂ ਨੂੰ ਆਪਣੇ ਆਪ ਨੂੰ ਐਡਵਰਟਾਈਜ਼ ਕਰਦੇ ਸੀਗੇ ਕਿ ਤੁਸੀਂ ਸਾਡੇ ਤੋਂ ਲੋਨ ਲਓ, ਸਾਡੀ ਫਾਈਨੈਂਸ਼ੀਅਲ ਕੰਪਨੀ ਹੈਗੀ ਹੈ। ਅਤੇ ਲੋਨ ਲੈਣ ਤੋਂ ਬਾਅਦ ਉਸ ਪ੍ਰੋਸੈਸਿੰਗ ਫੀਸ ਦੇ ਬਹਾਨੇ ਲੋਕਾਂ ਤੋਂ 2-2, 4-4 ਲੱਖ ਰੁਪਏ ਲੈ ਕੇ ਉਦੋਂ ਬਾਅਦ ਫਿਰ ਇਹ ਆਪਣਾ ਫੋਨ ਵਗੈਰਾ ਸਭ ਚੀਜ਼ਾਂ ਬੰਦ ਕਰ ਦਿੰਦੇ ਸੀ ਅਤੇ ਉਦੋਂ ਬਾਅਦ ਅਕਾਊਂਟਸ ਵੀ ਜਿਹੜੇ ਸੀਗੇ ਉਹ ਆਫਟਰ ਸਰਟਨ ਟ੍ਰਾਂਜੈਕਸ਼ਨ ਅਕਾਊਂਟਸ ਵੀ ਕਲੋਜ਼ ਕਰ ਦਿੰਦੇ ਸੀ। ਅਤੇ 10-11 ਸਾਲ ਤੋਂ ਇਹ 2012 ਤੋਂ ਇਹ ਕੰਮ ਕਰ ਰਹੇ ਨੇ, ਇਹ ਐਕਟਿਵ ਨੇ। ਅਤੇ ਇਹ ਕਰੀਬ 15 ਮੈਂਬਰ ਦਾ ਜਿਹੜਾ ਗਿਰੋਹ ਹੈ ਸਾਨੂੰ ਟਰੇਸ ਹੋਇਆ, ਜਿਹਦੇ ਵਿੱਚੋਂ 10 ਬੰਦੇ ਫੜੇ ਗਏ ਨੇ ਅਤੇ 5ਾਂ ਦੇ ਉੱਤੇ ਜਿਹੜੇ ਸਾਡੇ ਕੋਲ ਆਈਡੈਂਟੀਫਾਈਡ ਨੇ ਉਹਨਾਂ 'ਤੇ ਵੀ ਰੇਡ ਜਿਹੜੀਆਂ ਚੱਲਦੀਆਂ ਪਈਆਂ ਨੇ। ਇਹਦੇ ਵਿੱਚ ਜਿਹੜੀ FIR ਹੈਗੀ ਅਸੀਂ ਜ਼ੀਰਕਪੁਰ ਰਜਿਸਟਰ ਕਰ ਚੁੱਕੇ ਹਾਂ ਅਤੇ ਇਹਦੇ ਵਿੱਚ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਕਰੀਬ 1 ਕਰੋੜ ਕੈਸ਼ ਜਿਹੜਾ ਹੈਗਾ, ਤੁਸੀਂ ਦੇਖ ਸਕਦੇ ਹੋ 1 ਕਰੋੜ ਜਿਹੜਾ ਕੈਸ਼ ਹੈ ਉਹ ਰਿਕਵਰ ਹੋਇਆ, 270 ਗ੍ਰਾਮ ਜਿਹੜਾ ਗੋਲਡ ਹੈ ਉਹ ਰਿਕਵਰ ਹੋਇਆ, 20 ATM ਕਾਰਡ ਰਿਕਵਰ ਹੋਏ, 20 ਚੈੱਕਬੁੱਕਸ, 40 ਮੋਬਾਈਲ ਫੋਨ, 15 ਕੰਪਿਊਟਰ ਸੈੱਟ, 50 SIM ਕਾਰਡ ਅਤੇ 3 ਵਹੀਕਲ ਜਿਹੜੇ ਆ ਇਹਦੇ ਵਿੱਚ ਬਰਾਮਦ ਹੋਏ। ਇਹ ਜਿਹੜੇ 10 ਬੰਦੇ ਆ ਇਹਨਾਂ 'ਚੋਂ 2 ਜਿਹੜੇ ਮੇਨ ਕਿੰਗ ਪਿੰਸ ਹੈਗੇ ਆ ਇਹਦੇ ਵਿੱਚ, ਅਮਿਤ ਕੁਮਾਰ ਅਤੇ ਸੰਜੀਵ ਕੁਮਾਰ, ਇਹਨਾਂ ਦੋਨਾਂ ਦੇ ਪੁਰਾਣੇ ਵੀ ਇੱਕ FIR ਪੁਰਾਣੀਆਂ ਵੀ ਹੈਗੀਆਂ ਇਹਨਾਂ 'ਤੇ, 1 2006 ਦਾ ਪਰਚਾ ਅਤੇ 1 2015 ਦਾ ਪਰਚਾ। ਇਹ 'ਚ ਇਸ ਦੇ ਨਾਲ ਨਾਲ ਅਸੀਂ ਇਹਦੇ ਵਿੱਚ ਜਿਹੜਾ ਜਾਲੀ ਸਿਮ ਕਾਰਡ ਪ੍ਰੋਵਾਈਡ ਕਰਦਾ ਸੀਗਾ, ਜਾਲੀ ਤੋਂ ਭਾਵ ਵਿਦਆਊਟ ID ਜਿਹੜਾ ਸਿਮ ਕਾਰਡ ਸੀਗਾ ਉਹ ਪ੍ਰੋਵਾਈਡ ਕਰਦਾ ਸੀ ਬੰਦਾ, ਉਹ ਵੀ ਗ੍ਰਿਫਤਾਰ। ਸਰ ਖੜਾਇਓ ਇੱਕ ਮਿੰਟ ਖੜਾ।